ਦਾਤਾ ਮਹਾਂਦਾਨ ਹੋ। ਦਾਤਾ ਵੀ ਤੂੰ ਇਸ ਤਰ੍ਹਾਂ ਦਾ ਵੀ ਦਾਨੀਆਂ ਵਰਗਾ ਦਾਨੀ ਨਹੀਂ, ਕਰਨ ਸਭ ਤੋਂ ਵੱਡਾ ਦਾਤਾ ਦਾਨਾ ਮੰਨਿਆ। ਜਿਹੜਾ ਕਰਨ ਰਾਜਾ ਹੈ ਨਾ, ਸਵਾ ਮਣ ਪੱਕਾ ਸੋਨਾ ਰੋਜ਼ ਦਾਨ ਕਰਦਾ ਸੀ ਅਤੇ ਉਹਨੂੰ ਦੁਨੀਆ ਵਿੱਚ ਸਭ ਤੋਂ ਵੱਡਾ ਦਾਨੀ ਮੰਨਿਆ। ਮਗਰ ਇੱਥੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਦਾਤੇ ਦੀ ਦਾਨੀ ਦੀ ਗੱਲ ਨੂੰ ਪਿੱਛੇ ਹਟ ਕੇ ਮਾਂ ਦਾਨ ਕੀਤਾ। ਪਹਿਲੋਂ ਪਿਓ, ਫਿਰ ਪੁੱਤਰ, ਫਿਰ ਮਾਂ, ਫਿਰ ਜਾਨ ਤੋਂ ਪਿਆਰੇ ਸਿੱਖ, ਫਿਰ ਆਨੰਦਾਂ ਦੀ ਵਸਦੀ ਪੁਰੀ ਪੰਥ ਤੋਂ ਦਾਨ ਕਰਦੀ। ਵਾਹਿਗੁਰੂ ਪੰਥ ਵਸੇ ਮੈਂ ਉੱਜੜਾਂ, ਮਨ ਚਾਹੋ ਕਿ ਨਹੀਂ। ਅਤੇ ਮੈਨੂੰ ਨਹੀਂ ਜੇ ਕੋਈ ਮਲਾਲ ਇਸ ਗੱਲ ਦਾ ਵੀ ਇਹਨੂੰ ਬਾਦਲ ਨੇ ਲੁੱਟ ਲਿਆ, ਇਹਨੂੰ ਕਾਂਗਰਸੀਆਂ ਲੁੱਟ ਲਿਆ, ਇਹਨੂੰ ਅਕਾਲੀਆਂ ਲੁੱਟ ਲਿਆ। ਇਹ ਲੁੱਟਿਆ ਜਾਣ ਵਾਲਾ ਹੀ ਨਹੀਂ, ਜਿਹੜਾ ਸਾਰਿਆਂ ਨੂੰ ਇੰਨੇ ਸਰੂਪਾਂ ਵਿੱਚ ਲੁੱਟ ਰਿਹਾ ਹੈ, ਜਿਹੜਾ ਛਲ ਕੇ ਪ੍ਰਕਾਰ ਹੋਏ, ਜਿਹੜਾ ਇੰਨਿਆਂ ਨੂੰ ਛਲ ਰਿਹਾ, ਇਹਨਾਂ ਨੂੰ ਵੀ ਉਹਨੇ ਹੀ ਛਲ ਰਿਹਾ ਹੈ। ਮਨੁੱਖਾ ਜਨਮ ਇਹ ਆਪ ਛਲੇ ਗਏ ਨੇ। ਇਹ ਸੋਚਣ ਡਿਆ ਸੀ ਪੰਥ ਨੂੰ ਖਾ ਲਿਆ ਹੈ, ਉਹ ਤੁਹਾਨੂੰ ਖਾ ਗਿਆ ਹੈ। ਆਏ ਵੀ ਮਨੁੱਖਾ ਜਨਮ ਵਿੱਚ ਕਿਹੜੇ ਪਾਸੇ ਲੱਗ ਗਏ, ਮੱਥਾ ਵੀ ਲਾ ਲਿਆ ਅਤੇ ਸਾਹਿਬ ਗੁਰੂ ਗ੍ਰੰਥ ਸਾਹਿਬ ਨਾਲ, ਮੱਥਾ ਵੀ ਲਾ ਲਿਆ ਅਤੇ ਉਸ ਸਾਜੇ ਨਵਾਜੇ ਪੰਥ ਨਾਲ। ਕਰੀ ਸਾਜਨਾ ਜਾਸਕੀ ਮੋਏ, ਜੋ ਆਪਣੇ ਹੱਥ ਇਨਕੀ ਸੰਸਰ ਜੋ ਕਰੂ, ਜਲ ਜਾਊ ਕੋਲ ਸਾਥ ਉਸ ਪੰਥ ਨਾਲ। ਇਹ ਤਾਂ ਜਿਉਂਦਾ ਹੈ ਅਤੇ ਇਹਨੇ ਜਿਉਂਦੇ ਰਹਿਣਾ ਹੈ, ਜਿਉਂਦਾ ਸੀ, ਜਿਉਂਦਾ ਹੈ ਅਤੇ ਜਿਉਂਦੇ ਇਹਨੇ ਰਹਿਣਾ ਹੈ। ਸੁਣੋ ਦੁਨੀਆ ਦੇ ਲੋਕੋ, ਮੇਰੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਤੁਸੀਂ ਮਹਾਂਦਾਨੀ ਹੋ, ਤੁਸੀਂ ਦਾਨ ਕਰਨ ਵਾਲੇ ਹੋ, ਤੁਸੀਂ ਆਨੰਦਾਂ ਦੀ ਪੂਰੀ ਵੀ ਦਾਨ ਕਰ ਦਿੰਦੇ ਹੋ। ਵਾਹਿਗੁਰੂ ਆ ਵੀ ਲੈ ਲਓ, ਅੱਜ ਤੋਂ ਢਾਹ ਢੇਰੀ ਕਰਤੀ ਫਿਰ ਵਸਾਈ,